36 क्योंकि तो विसाख किताब दे विच लिखिया होया नारायण सिंह जी होर ने 36 होर गुरु घरां दे विच इहो जे अटैक करके ते बिल्कुल उत्थे बेअदबी करके उत्थे ते संत जरनैल सिंह पिंडरां वाले नहीं सन ना बैठे, बाकी थावां ते बब्बर नहीं सन बैठे, बाकी थावां ते क्यों बेअदबी कीती? ਉਹ ਬੇਅਦਬੀ ਤੇ ਇਸ ਲਈ ਕੀਤੀ ਸਿੱਖਾ ਅਸੀਂ ਤੇਰੀ ਆਨ ਸ਼ਾਨ ਨੂੰ ਮਿੱਟੀ ਚ ਮਿਲਾਉਣਾ ਚਾਹੁੰਦੇ ਹਾਂ। ਮੈਂ ਅਖੀਰ ਵਿੱਚ ਫਿਰ ਬੇਨਤੀ ਕਰਨੀ ਚਾਹੁੰਦਾ, ਮੇਰਾ ਮਕਸਦ ਇਹ ਕਦਾ ਚਿੱਤ ਨਹੀਂ ਵੀ ਤੁਸੀਂ ਸਾਕੇ ਨੂੰ ਸੁਣ ਕੇ ਭਟਕੇ ਹੋ। ਹਰ ਵਾਰੀ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਬਿਲਕੁਲ ਨਹੀਂ ਭਟਕਣਾ ਚਾਹੀਦਾ, ਸਾਨੂੰ ਅੱਜ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ। ਦੂਜੀ ਗੱਲ, ਹਿੰਦੂ ਸਾਰੀਆਂ ਕੌਮਾਂ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ, ਸਾਰੇ ਸਿੱਖ ਵੀ ਚੰਗੇ ਨਹੀਂ। ਇਹ ਸਾਰੀ ਗੱਲ ਸਾਰੀ ਹਿੰਦੂ ਕੌਮ ਤੇ ਲਾਗੂ ਨਹੀਂ ਹੁੰਦੀ, ਬਹੁਤਾਤ ਹਿੰਦੂ ਚੰਗੇ ਵੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਅਕੀਦਾ ਰੱਖਦੇ ਨੇ। ਸਾਡੀ ਦੁਸ਼ਮਣੀ, ਸਾਡਾ ਕਿਸੇ ਇੱਕ ਪੱਖ ਨਾਲ ਕਿਸੇ ਕੌਮ ਨਾਲ ਕੋਈ ਵਿਰੋਧ ਨਹੀਂ ਹੈ, ਫਿਰ ਤੇ ਅਸੀਂ ਆਪਣੇ ਸਿਧਾਂਤ ਤੋਂ ਟੁੱਟ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਅੱਜ ਵੀ ਇਹ ਹੋਕੇ ਮਿਲਦੇ ਨੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਅਸੀਂ ਤੇ ਉਸ ਵਿਰਸੇ ਦੇ ਮਾਲਕ ਹੈ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਹੀ ਇੱਕ ਸ਼ਬਦ ਵੀ ਨਹੀਂ ਕਿਹਾ, ਇੱਕ ਸ਼ਬਦ ਵੀ ਨਹੀਂ ਕਿਹਾ। ਰੱਬ ਦਾ ਧੰਨਵਾਦ ਕੀਤਾ, ਤੇਰਾ ਕੀ ਆ, ਮਿੱਠਾ ਲੱਗ ਗਿਆ। ਪਰ ਜਦੋਂ ਇੰਤਹਾ ਕਰ ਦਿੱਤੀ ਤੇ ਅੱਜ ਵੀ ਮੈਂ ਬੇਨਤੀ ਕਰਨਾ ਵੀ ਅਸੀਂ ਕਿਸੇ ਇੱਕ ਕੌਮ ਦੇ ਖਿਲਾਫ ਨਹੀਂ ਹੈ, ਅਸੀਂ ਉਸ ਜ਼ੁਲਮ ਦੇ ਖਿਲਾਫ ਹੈ ਜਿਹੜਾ ਇਨਸਾਨੀਅਤ ਦਾ ਘਾਣ ਕਰਦਾ। ਆਪਣੇ ਮਨਾਂ ਵਿੱਚ ਸੋਚੀਏ, ਵਿਚਾਰੀਏ, ਸਾਕੇ ਦੀ ਗੱਲ ਨੂੰ ਸੁਣ ਕੇ ਆਪਣੇ ਮਨਾਂ ਵਿੱਚ ਇਹ ਭਾਵਨਾ ਪੈਦਾ ਕਰੀਏ ਵੀ ਸਤਿਗੁਰੂ ਜੀ ਸਾਨੂੰ ਸਮਰੱਥਾ ਬਖਸ਼ੋ, ਅਸੀਂ ਉਹ ਸੱਚੀ ਸੁੱਚੀ ਸਿੱਖੀ ਕਮਾ ਸਕੀਏ ਜਿਹੜੀ ਤੁਸੀਂ ਸਾਡੀ ਝੋਲੀ ਵਿੱਚ ਪਾਈ ਹੋਈ ਹੈ, ਉਹ ਸਿੱਖੀ ਨੂੰ ਕਮਾ ਕੇ ਅਸੀਂ ਸੱਚ ਦਾ ਹੋਕਾ ਦੁਨੀਆ 'ਚ ਦੇ ਸਕੀਏ। ਜਿਤਨਾ ਸਾਡਾ ਨੁਕਸਾਨ ਹੋਇਆ ਉਹ ਝੱਲ ਕੇ ਵੀ ਆਪਾਂ ਅਗਲੇ ਦੇ ਕਦਮ ਹੌਸਲੇ ਨਾਲ ਪੁੱਟੀਏ, ਗੁਰੂ ਸਾਡੀ ਜ਼ਰੂਰ ਬਾਂਹ ਪਕੜੇਗਾ। ਅੰਮ੍ਰਿਤ ਛਕੀਏ, ਗੁਰੂ ਚਰਨਾਂ ਵਿੱਚ ਜੁੜੀਏ, ਗੁਰੂ ਵਾਲੇ ਬਣੀਏ, ਨਸ਼ਿਆਂ ਦਾ ਤਿਆਗ ਕਰੀਏ, ਪੱਥਰ ਪੁਣੇ ਦਾ ਤਿਆਗ ਕਰੀਏ, ਗੁਰੂ ਦੀ ਬੁੱਕਲ ਵਿੱਚ ਬੈਠਣ ਜੋਗੇ ਹੋ ਜਾਈਏ, ਗੁਰੂ ਦੇ ਦਰ ਨਾਲ ਜੁੜ ਜਾਈਏ। ਔਰ ਇਹ ਵੀ ਕੋਈ ਹੌਸਲਾ ਢਾਉਣ ਵਾਲੀ ਬਾਤ ਨਹੀਂ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਕਤਲ ਕਰਦਿਆਂ ਕਰਦਿਆਂ ਮੁੱਕਣੀ ਨਹੀਂ ਸਾਡੀ, ਏਡੀ ਲੰਮੀ ਹੈ ਕਤਾਰ ਲੋਕੋ। ਇਹ ਮਤ ਸੋਚਿਓ ਵੀ ਅਸੀਂ ਕਦੇ ਕਤਲ ਕਰਦਿਆਂ ਕਰਦਿਆਂ ਮੁੱਕ ਜਾਵਾਂਗੇ, ਤੁਹਾਡੇ ਮਨਾਂ ਦਾ ਭੁਲੇਖਾ ਹੋਵੇਗਾ। ਲੋਕ ਨਿੱਤ ਜੰਮਦੇ ਤਾਂ ਵੀ ਮੁੱਕ ਜਾਂਦੇ, ਲੋਕ ਨਿੱਤ ਜੰਮਦੇ ਤਾਂ ਵੀ ਮੁੱਕ ਜਾਂਦੇ, ਸਿੱਖ ਨਿੱਤ ਮਰਦੇ ਤਾਂ ਵੀ ਮੁੱਕਦੇ ਨਹੀਂ। ਇਸੇ ਕੌਮ ਨੇ ਜ਼ਖਮ ਅਵੱਲੇ ਖਾਧੇ, ਨਵੇਂ ਹੋਰ ਆ ਜਾਣ, ਪਿਛਲੇ ਸੁੱਕਦੇ ਨਹੀਂ। ਲੱਗਣ ਸ਼ਹੀਦਾਂ ਦੀ ਯਾਦ ਵਿੱਚ ਸਦਾ ਮੇਲੇ, ਲੋਕ ਪਾਪੀਆਂ ਦੀਆਂ ਕਬਰਾਂ ਤੇ ਥੁੱਕਦੇ ਨਹੀਂ। ਉਹ ਗੋਲੀਆਂ ਗਿਣ ਕੇ ਜੇ ਤੂੰ ਮਾਰਦਾ ਨਹੀਂ, ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਇਹ ਤੇਰੇ ਮਨ ਦਾ ਭੁਲੇਖਾ ਹੋਵੇਗਾ ਵੀ ਸ਼ਾਇਦ ਸਿੱਖੀ ਦੇ ਇਤਿਹਾਸ ਨੂੰ ਪੜ੍ਹ ਕੇ ਦੇਖੀ, ਤੈਨੂੰ ਪਤਾ ਲੱਗੇਗਾ ਅਸੀਂ ਵੀ ਸੀਸ ਗੰਜ ਬਣਾਏ ਹੋਏ ਨੇ। ਸੀਸ ਗੰਜ ਉਹਨੂੰ ਕਹਿੰਦੇ ਨੇ, ਗੰਜ ਦਾ ਮਤਲਬ ਹੁੰਦਾ ਢੇਰ। ਸਾਡੇ ਕਦੇ ਸੰਸਕਾਰ ਇਵੇਂ ਨਹੀਂ ਹੋਏ, ਸਾਡੇ ਸੰਸਕਾਰ ਹੀ ਵਿਉਂਦੇ ਰਹੇ ਨੇ ਭਾਈ, ਸਾਰੀਆਂ ਲਾਸ਼ਾਂ ਇਕੱਠੀਆਂ ਕਰਕੇ ਉੱਥੇ ਢੇਰ ਲਾ ਕੇ ਇੱਕੋ ਵਾਰੀ ਇਹਨਾਂ ਦਾ ਸੰਸਕਾਰ ਕਰਦੇ ਹੋ। ਸਿੱਖੀ ਨੇ ਵੀ ਸੀਸ ਗੰਜ ਬਣਾਏ ਹੋਏ ਨੇ, ਇਤਨੀਆਂ ਸ਼ਹਾਦਤਾਂ ਦਿੱਤੀਆਂ ਹੋਈਆਂ ਨੇ। ਇਹ ਤੈਨੂੰ ਭੁਲੇਖਾ ਹੋਵੇਗਾ ਵੀ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਤੂੰ ਬੰਦ ਕਰ ਲਏਗਾ, ਇਹ ਤੈਨੂੰ ਭੁਲੇਖਾ ਹੋਵੇਗਾ ਵੀ ਸ੍ਰੀ ਅਕਾਲ ਤਖਤ ਦਾ ਦਰਵਾਜ਼ਾ ਤੂੰ ਬੰਦ ਕਰ ਲਏਗਾ, ਇਹ ਪਰਵਾਨੇ ਜਾਨਾਂ ਵਾਰਦੇ ਰਹਿਣਗੇ, ਦਰਵਾਜ਼ਾ ਖੁੱਲ੍ਹਾ ਹੀ ਰਹੇਗਾ ਧਰਮ ਦਾ। ਇਹ ਵੀ ਗੱਲ ਵੱਖਰੀ ਹੈ ਵੀ ਅਸੀਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਅਸੀਂ ਫਿਰ ਵੀ ਸਾਂਝੀਵਾਲਤਾ ਦੀ ਸਾਂਝ ਰੱਖਣੀ ਚਾਹੁੰਦੇ ਹਾਂ। ਗੁਰੂ ਕਿਰਪਾ ਕਰੇ ਅਸੀਂ ਆਪਣੇ ਵਿਰਸੇ ਤੋਂ ਜਾਣੂ ਹੋਈਏ, ਇੰਨੀ ਬੇਨਤੀ ਕਬੂਲ ਕਰਿਓ। ਇੱਥੇ ਇਹ ਸਾਕੇ ਦਾ ਆਖਰੀ ਪੜਾਅ ਸੀ, ਅਸੀਂ ਇਹਦੇ ਵਿੱਚੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।